ਲਓ ਵੀ ਭਰਾਓ ਅੱਜ ਵਛੇਰੀ ਲੈ ਆ, ਘੋੜੀਆਂ ਜਿੱਡੀ ਆ, ਭੁਲੇਖਾ ਨਾ ਖਾ ਜਾਵੇ ਘੋੜੀ ਆ, ਹਜੇ ਨਕੰਦ ਵਛੇਰੀ ਆ ਦੁੱਧ ਦੰਦਾਂ 'ਚ, ਅਤੇ ਕੱਦ ਆਮ ਘੋੜੀਆਂ ਨਾਲੋਂ ਵੀ ਵੱਡੀ ਆ, ਅਤੇ ਪਲੀ ਪੁਲੀ ਬਾਡੀ ਬੂਡੀ ਸਨੈਖੀ ਪੂਰੀ ਆ, ਸਾਰੀ ਡਿਟੇਲ ਦੇਵਾਂਗੇ, ਬਸ ਵੀਡੀਓ ਪੂਰੀ ਦੇਖ ਲਓ। ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਧਸਟਰ ਫਰਮ ਯੂਟਿਊਬ ਚੈਨਲ ਦੇ ਉੱਤੇ, ਅਤੇ ਜਿਹੜੇ ਭਰਾ ਇਹ ਵੀਡੀਓ ਫੇਸਬੁੱਕ ਪੇਜ 'ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ। ਮਿੱਤਰੋ ਰੋਜ਼ ਦੀ ਤਰ੍ਹਾਂ ਅੱਜ ਫਿਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਜਾਨਵਰ ਦੀ ਵੀਡੀਓ ਨਾਲ ਹੋਈ ਆ, ਅਤੇ ਅੱਜ ਤਾਂ ਮੌਸਮ ਵੀ ਠੰਡਾ ਆ ਅਤੇ ਵਛੇਰੀ ਵੀ ਪੂਰੀ ਸਿਰੇ ਵਾਲੀ ਲਿਆਤੀ। ਕਮੈਂਟਾਂ 'ਚ ਜ਼ਰੂਰ ਦੱਸਿਓ ਕਿਹੜੇ ਕਿਹੜੇ ਏਰੀਏ 'ਚ ਅੱਜ ਮੀਂਹ ਪਿਆ ਅਤੇ ਮੌਸਮ ਠੰਡਾ ਹੋਇਆ, ਅਤੇ ਬਾਕੀ ਆਪਾਂ ਦਿੰਦੇ ਹਾਂ ਵਛੇਰੀ ਦੀ ਡਿਟੇਲ। ਤੁਸੀਂ ਬਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ, ਕਮੈਂਟਾਂ 'ਚ ਇਹ ਦੱਸਣਾ ਵੀ ਵਛੇਰੀ ਕਿਵੇਂ ਦੀ ਲੱਗੀ, ਅਤੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾ ਨੂੰ ਇੱਦਾਂ ਦੀ ਬੱਚੀ ਚਾਹੀਦੀ ਹੋਈ ਉਹਦੀ ਭਾਲ ਮੁੱਕ ਜੇ, ਬੱਚੀ ਉਹਦੇ ਤਾਈਂ ਵੀਡੀਓ ਆ ਜਿਹੜੀ ਬੱਚੀ ਪਹੁੰਚ ਜਾਵੇ। ਅਤੇ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ, ਕਿਹੜੇ ਘੋੜੇ ਦੀ ਹੈ, ਕੀ ਉਮਰ ਆ, ਕੀ ਹਾਈਟ ਆ, ਬਾਲ ਭੌਰੀਆਂ ਦੀ, ਹੱਥਾਂ ਪੈਰਾਂ ਦੀ ਸਾਰੀ ਡਿਟੇਲ ਦੇ ਦੇਣੀ, ਨੇੜੇ ਦੂਰੋਂ ਸਾਰੀ ਦਿਖਾ ਦੇਣੀ। ਜੇ ਤੁਹਾਡੇ ਬੱਚੀ ਪਸੰਦ ਆਈ ਜਿੱਦਾਂ ਦੀ ਤੁਸੀਂ ਲੱਭਦੇ ਹੋਏ ਉੱਦਾਂ ਦੀ ਹੋਈ ਤਾਂ ਨੰਬਰ ਥੱਲੇ ਦਿੱਤੇ ਫੋਨ ਲਾ ਲਿਓ, ਨਹੀਂ ਤਾਂ ਫਾਰਮ 'ਤੇ ਆ ਕੇ ਬੱਚੀ ਦੇਖ ਕੇ ਸਾਰੀ ਆਪਣੀ ਤਸੱਲੀ ਕਰ ਸਕਦੇ ਹਾਂ। ਅਤੇ ਬਾਕੀ ਆਪਾਂ ਵੱਧਦੇ ਹਾਂ ਵੀਡੀਓ ਵੱਲ ਨੂੰ, ਦਿੰਦੇ ਹਾਂ ਬੱਚੀ ਦੀ ਡਿਟੇਲ, ਆ ਜਾਓ ਕਰੀ ਗੱਲਬਾਤ। ਦੋਸਤੋ ਚੰਬੀ ਬੱਚੀ ਹੈ, ਗਲਡੀ ਚੰਬੀ ਕਹਿ ਸਕਦੇ ਹਾਂ, ਸਾਰਾ ਢਿੱਡ ਢੁੱਡ ਚਿੱਟਾ, ਅਤੇ ਆਪਾਂ ਇਹਨੂੰ ਪਾਣੀ ਨੌਕਰੀ ਵੀ ਕਹਿ ਸਕਦੇ ਹਾਂ, ਕਿਉਂਕਿ ਚਾਰੇ ਲੱਤਾਂ ਪੂਰੀਆਂ ਚਿੱਟੇ ਮੂਹਰੇ, ਹਿੱਕ ਦੇਖੋ ਸਾਰੀ, ਸਾਰਾ ਫੇਸ ਹੀ ਚਿੱਟਾ, ਧੌਣ ਚਿੱਟੀ, ਢਿੱਡ ਚਿੱਟਾ, ਅੱਧ ਨਾਲ ਜ਼ਿਆਦਾ ਭੂਸ ਵੀ ਚਿੱਟੀ ਆ। ਸੋ ਨੁਕਰੇ ਬੱਚੇ ਆ ਅਤੇ ਦੇਣ ਦੇ ਪੂਰੇ ਪੂਰੇ ਚਾਂਸ ਆ। ਅਤੇ ਬਾਕੀ ਜਿਹੜੀ ਬਰੀਕੀ ਆ, ਲੈਂਥ, ਗਰਦਨ, ਸਾਰੇ ਪਾਸੋਂ ਪਰਫੈਕਟ ਆ, ਕੋਈ ਵੀ ਆ ਕੇ ਬੰਦਾ ਇੱਥੇ ਹੱਥ ਨਹੀਂ ਧਰ ਸਕਦਾ ਵੀ ਯਾਰ ਹਾਂ ਦੂਜੀਆਂ ਸਾਰੀਆਂ ਚੀਜ਼ਾਂ ਪੂਰੀਆਂ ਆਹ ਪਾਸੋਂ ਕਮੀ ਆ। ਬਾਬੇ ਨੇ ਸਾਰੀਆਂ ਚੀਜ਼ਾਂ ਪੂਰੀਆਂ ਪਰਫੈਕਟ ਦਿੱਤੀਆਂ, ਆਏ ਨਹੀਂ ਜੇ ਹੁਸਨ ਦੇਤਾ ਤਾਂ ਹੈ ਨਾ, ਕੱਦ ਨਹੀਂ ਦਿੱਤਾ, ਜੇ ਕੱਦ ਦੇਤਾ ਤਾਂ ਹੁਸਨ ਨਹੀਂ ਦਿੱਤਾ, ਬਰੀਕੀ ਨਹੀਂ ਦਿੱਤੀ, ਸਾਰੇ ਪਾਸੋਂ ਪਰਫੈਕਟ ਆ। ਅਤੇ ਪਰਮਾਤਮਾ ਨੇ ਤਾਂ ਜਿਹੜੀ ਚੀਜ਼ ਦੇਣੀ ਸੀ ਦੇਤੀ, ਹੁਸਨ, ਕੱਦ, ਸਾਰਾ ਉੱਥੇ ਸਾਂਭਣ ਵਾਲੇ ਮਾਲਕਾਂ ਨੇ ਵੀ ਕੋਈ ਕਮੀ ਨਹੀਂ ਛੱਡੀ। ਨਹੀਂ ਆਮ ਤੌਰ 'ਤੇ ਹੁੰਦਾ ਜਦੋਂ ਬਾਹਲਾ ਜ਼ਿਆਦਾ ਬੱਚਾ ਚੰਗਾ ਆ ਜਾਏ ਨਾ, ਉਹਦੀ ਸੇਵਾ ਵਾਲੇ ਪਾਸੇ ਕਮੀ ਰਹਿ ਜਾਂਦੀ, ਤਾਂ ਮਾਲਕਾਂ ਨੇ ਸੇਵਾ ਵਾਲੇ ਪਾਸੇ ਵੀ ਕੋਈ ਕਮੀ ਨਹੀਂ ਛੱਡੀ। ਦੋਸਤੋ ਕੰਨ ਕੁੰਨ ਦੇਖੋ ਕਿੰਨਾ ਛੋਟਾ ਕੰਨ ਲੱਗਿਆ, ਕੁੰਡੀ ਵਾਲਾ ਕੰਨ, ਨਾ ਕੋਈ ਓਵਰਲੈਪਿੰਗ ਆ, ਨਾ ਕੋਈ ਜ਼ਿਆਦਾ ਖੁੱਲ੍ਹਾ ਰੱਖਦੀ, ਐਨ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ, ਅਤੇ ਗਰਦਨ ਲੰਮੀ ਆ, ਕੁੰਡ ਸੋਹਣਾ, ਮਣੀਆਂ ਚੰਗਾ, ਅਤੇ ਕੰਨਾਂ ਤੋਂ ਲੈ ਕੇ ਮਗਰ ਤਾਂ ਇੱਕੋ ਜਿਹੀ ਪਈ ਆ, ਕਹਿਣ ਦਾ ਮਤਲਬ ਗੋਲ ਪਈ ਆ, ਕੋਈ ਹੱਡ ਨਹੀਂ ਦੇਖਦਾ, ਐਨ ਸਾਂਭੀ ਹੋਈ। ਤਾਂ ਉਮਰ ਦੀ ਗੱਲ ਪਹਿਲਾਂ ਕਰੀਏ ਤਾਂ ਦੋਸਤੋ ਪੂਰੀ ਸਹੀ 15-15 ਮਹੀਨਿਆਂ ਦੀ ਬੱਚੀ ਹੋਈ ਆ, ਆ ਕੇ ਦੰਦ ਪੱਟ ਕੇ ਦੇਖ ਲਓ ਤੁਹਾਨੂੰ ਆਪ ਪਤਾ ਚੱਲ ਜੂ। ਅਤੇ ਕੱਦ ਤਕਰੀਬਨ 60 ਦੇ ਲਵੇ ਹੋਈ ਖੜੀ ਆ, ਕੱਦ ਬਹੁਤ ਕੱਢੂ ਬੱਚੀ, ਵੱਡੀਆਂ ਘੋੜੀਆਂ 64-65 ਇੰਚ ਵਾਲੀਆਂ ਘੋੜੀਆਂ 'ਚ ਬਣੂ, ਹਜੇ ਉਮਰ ਹੀ ਕੀ ਹੋਈ ਹੈ, 15 ਮਹੀਨੇ ਜਿਹੜੀ 60 ਇੰਚ ਨੂੰ ਮੂੰਹ ਮਾਰੀ ਫਿਰਦੀ ਆ, ਹਜੇ ਤਾਂ ਵਧਣ ਦੀ ਉਮਰ ਹੀ 5 ਸਾਲ ਪਈ ਆ। ਅਤੇ ਬਾਕੀ ਬਾਲ ਭੌਰੀਆਂ ਦੇ ਜਮਾਂ ਸਾਫ਼ ਆ, ਦੇ ਮਨ ਲੱਗੀ ਹੋਈ ਆ, ਹੱਥਾਂ ਪੈਰਾਂ ਦੀ ਪੂਰੀ ਸਾਫ਼ ਆ, ਤੋਰਾ ਤੋਰਾ ਤੁਸੀਂ ਦੇਖ ਲਓ, ਚਾਲ ਚੁਲ ਨਖਰੇ ਨਾਲ ਮੜਕ ਨਾਲ ਹੀ ਤੁਰਦੀ ਆ, ਬਹੁਤ ਸੋਹਣਾ ਆਪਦੇ ਆਪ ਨੂੰ ਦਿਖਾਉਣਾ ਹੁੰਦਾ ਬੱਚੀ ਨੇ, ਇੱਕ ਕਹਿ ਦਈਏ ਨਾ ਆਪਾਂ, ਜਿਹੜਾ ਪਰਮਾਤਮਾ ਨੇ ਇਹਨੂੰ ਹੁਸਨ, ਬਰੀਕੀ, ਸੁੰਦਰਤਾ, ਰੂਪ, ਰੰਗ ਰੂਪ ਦਿੱਤਾ, ਸਾਰਾ ਆਪਦੇ ਆਪ ਨੂੰ ਦਿਖਾਉਂਦੇ ਆ। ਦੇਖੋ ਜਿਵੇਂ ਹੁਣ ਬੱਚੀ ਤੁਰਦੀ ਹੈ ਨਾ, ਅਤੇ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਸੱਜਣ, ਤੁਸੀਂ ਆ ਕੇ ਆਪਦੇ ਅੱਖੀਂ ਦੇਖਿਓ, ਸਾਹਮਣੇ ਦੇਖਿਓ, ਬੱਚੀ ਵੀਡੀਓ ਨਾਲੋਂ 21 ਦਿਖੋ ਉਨੀ ਨਹੀਂ ਰਹਿੰਦੀ, ਕਿਉਂਕਿ ਵੀਡੀਓ 'ਚ ਉਹ ਚੀਜ਼ ਕਈ ਵਾਰ ਨਹੀਂ ਆਪਾਂ ਦਿਖਾ ਪਾਉਂਦੇ ਜਿਹੜੀ ਚੀਜ਼ ਅਸਲ 'ਚ ਸਾਹਮਣੇ ਹੁੰਦੀ ਆ। ਆ ਕੇ ਜਦੋਂ ਤੁਸੀਂ ਸਾਹਮਣੇ ਦੇਖੀ ਤਾਂ ਬੱਚੀ 100% ਤੁਹਾਡੇ ਦਿਲ 'ਚ ਬੈਠੂ, ਅਤੇ ਤੁਹਾਡਾ ਦਿਲ ਨਹੀਂ ਕਰਨਾ ਬੱਚੇ ਛੱਡ ਕੇ ਜਾਣ ਦਾ।
ਅਤੇ ਨੌਕਰਾਪਣ ਤਾਂ ਇੰਨਾ ਦੇਖੋ, ਚਾਰੇ ਲੱਤਾਂ ਚਿੱਟੀਆਂ, ਸਾਰਾ ਢਿੱਡ ਚਿੱਟਾ, ਮੂੰਹ ਚਿੱਟਾ, ਅਤੇ ਮਾਲਕਾਂ ਨੇ ਆਪਾਂ ਨੂੰ ਬਾਈ ਆਹ ਨੂਰੇ ਦੀ ਦੱਸਿਆ ਬਾਕਰਪੁਰ ਵਾਲੇ ਦੀ, ਜਿਹਨਾਂ ਤੋਂ ਆਪਾਂ ਲਿਆਂਦੀ ਗਰੰਟੀ ਨਾਲ ਬਾਈ ਹੋਣਾ ਨੇ ਆਪਾਂ ਨੂੰ ਕਿਹਾ ਵੀ ਇਹ ਨੂਰੇ ਬਾਕਰਪੁਰ ਇਹਦੀ ਆ, ਅਤੇ ਇਹਦੀ ਮਾਂ ਗਲਡੀ ਚੰਬੀ 62-63 ਇੰਚ ਦੀ ਹਾਈਟ ਆ, ਅਤੇ ਮੰਨ ਲਓ ਚੰਗਿਆ ਮਾਂ ਪਿਓ ਦੋਨੇ ਚੰਗੇ ਆ, ਮਾਂ ਦੀ ਹਾਈਟ ਵੀ ਚੰਗੀ, ਪਿਓ ਤਾਂ ਨੁਕਰਿਆਂ ਦਾ ਲੈਜੈਂਡ ਹੀ ਆਪਾਂ ਕਹਿ ਸਕਦੇ ਹਾਂ, ਬਾਦਸ਼ਾਹ ਮੰਨਿਆ ਗਿਆ ਨੂਰਾ ਬਾਕਰਪੁਰੀਆ, ਅਤੇ ਉਹਦੀ ਬੱਚੀ ਆ, ਅਤੇ ਬੱਚੀ ਆਉਣ ਵਾਲੇ ਟਾਈਮ 'ਚ ਚੰਗੀ ਬਣੂ, ਮੰਨ ਲਓ ਕਹਿਣ ਦਾ ਭਾਵ ਆ ਵੀ ਕੱਦ ਵਾਲੀ, ਜਿਹੜਾ ਭਰਾ ਮੇਰਾ ਕੋਈ ਕੱਦ ਵਾਲੀ ਬੱਚੀ ਭਾਲਦਾ ਚੰਗੀ ਬਰੀਕੀ ਵਾਲੀ ਮੂਹਰੇ ਬਰੀਡਿੰਗ ਵਾਸਤੇ ਚੰਗੀ ਸੋ ਕੁਆਲਿਟੀ ਦੀ ਚੀਜ਼ ਭਾਲਦਾ, ਤਾਂ ਉਹ ਇੱਕ ਵਾਰ ਆ ਜ਼ਰੂਰ ਮੇਰੇ ਕਹਿਣ 'ਤੇ ਇੱਕ ਵਾਰ ਫਾਰਮ 'ਤੇ ਜਿਹੜਾ ਜ਼ਰੂਰ ਮਾਰ ਕੇ ਜਾਓ, ਮੈਂ ਇੰਨੀ ਕੁ ਗਰੰਟੀ ਦੇ ਸਕਦਾ ਤੁਸੀਂ ਨਿਰਾਸ਼ ਹੋ ਕੇ ਵਾਪਸ ਨਹੀਂ ਜਾਂਦੇ। ਵੇਖੋ ਫੇਸ ਫੂਸ ਸਾਰਾ ਨੇੜਿਓਂ ਦੂਰੋਂ ਸਾਰੀ ਆਪਾਂ ਕੋਈ ਕਮੀ ਪੇਸ਼ੀ ਆਪਾਂ ਵੀ ਨਹੀਂ ਛੱਡੀ ਦਿਖਾਉਣ ਵਾਲੀ, ਨੇੜੇ ਤੋਂ ਲੈ ਕੇ ਦੂਰ ਤਾਂ ਸਾਰੀ ਦਿਖਾਤੀ, ਬਾਕੀ ਸਾਹਮਣੇ ਆ ਕੇ ਆਪਦੀ ਰੀਝ ਨਾਲ ਦੇਖ ਲਿਓ ਸੱਜਣੋ। ਜੇ ਕੋਈ ਡਿਟੇਲ ਰਹਿੰਦੀ ਹੋਈ ਦੱਸਣ ਵਾਲੀ ਤਾਂ ਨੰਬਰ ਥੱਲੇ ਸਕਰੀਨ 'ਤੇ ਚੱਲੀ ਜਾਂਦੇ, ਇਹਨਾਂ 'ਤੇ ਫੋਨ ਲਾ ਲਿਓ, ਅਤੇ ਮੈਨੂੰ ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਜਲਦ ਕੋਈ ਨਵੀਂ ਵੀਡੀਓ ਨਾਲ, ਬਹੁਤ ਬਹੁਤ ਧੰਨਵਾਦ।